ਈ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਨਰਮਲ ਸੁਧੂ ਵੱਲੋਂ ਪਿਆਰ ਭਰੀ ਸਸ਼ੀਕਾਲ ਐਂਡ ਹੈਪੀ ਨਿਊ ਇਅਰ ਇਸ ਸਾਲ ਦੇ ਵਿੱਚ ਅਸੀਂ ਬਿਲਕੁਲ ਵੀ ਖੁਸ਼ ਨਹੀਂ ਰਹੇ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ ਬਹੁਤ ਸਾਰੀਆਂ ਪੀੜਾਂ ਬਹੁਤ ਸਾਰਾ ਦਰਦ ਸਾਨੂੰ ਮਿਲਿਆ ਤੇ ਹੁਣ ਇੱਕ ਜਿਹੜਾ ਬਹੁਤ ਵੱਡਾ ਦਰਦ ਸਾਡੇ ਸਾਰਿਆਂ ਵਾਸਤੇ ਉਹ ਹੈ ਕਿਸਾਨੀ ਅੰਦੋਲਨ ਜੋ ਕਿ ਦਿੱਲੀ ਦੇ ਵਿੱਚ ਲਗਾਤਾਰ ਚੱਰੀ ਹੈ ਤੇ ਇਸ ਵਾਰ ਨੱਚ ਟੱਪ ਕੇ ਸਾਲ ਨਹੀਂ ਮਨਾਇਆ ਜਾ ਸਕਦਾ ਇਹ ਕੋਈ ਇੰਟਰਟੇਨਮੈਂਟ ਦਾ ਸਾਧਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਡੇ ਜਿਹੜੇ ਲੋਕ ਮਜ਼ਦੂਰ ਨੇ ਜਿਹੜੇ ਕਿਸਾਨ ਨੇ ਉਹ ਵਿਚਾਰੇ ਸਟਰਗਲ ਕਰ ਰਹੇ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਕਰੂੰਗਾ ਕਿ ਇਹ ਵਾਲਾ ਜਿਹੜਾ ਸਾਲ ਹੈ ਇਹ ਸਾਲ ਦੇ ਵਿੱਚ ਆਪਾਂ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਜਿਸ ਕੌਜ ਲਈ ਜਿਸ ਕਰਮ ਵਾਸਤੇ ਸਾਡੇ ਲੋਕ ਉਥੇ ਠੰਡੀਆਂ ਸੜਕਾਂ ਦੇ ਉੱਤੇ ਸਟਰਗਲ ਕਰ ਰਹੇ ਨੇ ਔਰ ਦਿਨ ਰਾਤ ਇੱਕ ਕਰਕੇ ਉਹ ਮਿਹਨਤ ਕਰ ਰਹੇ ਨੇ ਪ੍ਰਮਾਤਮਾ ਕਰੇ ਕਿ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨੂੰ ਚਾਰ ਚੰਨ ਲੱਗਣ ਉਹ ਸਫਲ ਹੋਵੇ ਤੇ ਨਵੇਂ ਸਾਲ ਦੇ ਵਿੱਚ ਸਾਨੂੰ ਜਲਦੀ ਤੋਂ ਜਲਦੀ ਕੋਈ ਨਾ ਕੋਈ ਖੁਸ਼ੀ ਭਰੀ ਜਿਹੜੀ ਖਬਰ ਮਿਲੇ ਜਿਸ ਨਾਲ ਸਾਰੇ ਪਾਸੇ ਲੋਕਾਂ ਦੇ ਵਿੱਚ ਖੁਸ਼ੀਆਂ ਆਉਣ ਖੇੜੇ ਆਉਣ ਸੋ ਮੇਰੇ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਤੇ ਅਰਦਾਸ ਕਰੂ ਪ੍ਰਮਾਤਮਾ ਅੱਗੇ ਕਿ ਸਾਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਉਹ ਤੰਦਰੁਸਤੀ ਆਵੇ ਖੁਸ਼ਹਾਲੀ ਆਵੇ ਤਰੱਕੀਆਂ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ